ਹਲੇਲੂਇਆ ਪ੍ਰਭੂ ਯਿਸੂ ਮਸੀਹ ਵਿੱਚ ਸਾਰਿਆਂ ਦੀ ਸਲਾਮਤੀ ਹੋਵੇ ਔਰ ਜੈ ਮਸੀਹ ਦੀ ਖੁਦਾਵੰਤਾਂ ਨੂੰ ਬਰਕਤ ਦੇਵੇ। ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਹੈ ਕਿ ਖੁਦਾਵੰਦ ਯਿਸੂ ਮਸੀਹ ਨੇ ਸਾਨੂੰ ਮੌਕਾ ਦਿੱਤਾ ਵੀ ਅਸੀਂ ਉਹਦੇ ਨਾਮ ਦੀ ਮਹਿਮਾ ਅਤੇ ਵਡਾਈ ਕਰ ਸਕੀਏ, ਉਹਦੇ ਨਾਮ ਨੂੰ ਜਲਾਲ ਦੇ ਸਕੀਏ। ਔਰ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਹੈ ਕਿ ਖੁਦਾਵੰਦ ਯਿਸੂ ਮਸੀਹ ਨੇ ਮੈਨੂੰ ਮੌਕਾ ਦਿੱਤਾ ਵੀ ਮੈਂ ਤੁਹਾਡੇ ਨਾਲ ਗੱਲਬਾਤ ਕਰ ਸਕਾਂ ਰੂਬਰੂ ਹੋ ਕੇ। ਔਰ ਅੱਜ ਅਸੀਂ ਭਵਨ ਦੇ ਬਾਹਰ ਖੜ੍ਹੇ ਹਾਂ, ਜਿਹੜਾ ਭਵਨ ਤਿਆਰ ਹੋ ਰਿਹਾ। ਤੁਹਾਨੂੰ ਮੈਂ ਦਿਖਾਉਣਾ ਚਾਹਾਂਗਾ ਕਿ ਖੁਦਾਵੰਦ ਦਾ ਭਵਨ ਲਗਭਗ ਤਿਆਰ ਹੋ ਚੁੱਕਾ, ਸਿਰਫ ਸਲੈਬ ਦਾ ਕੰਮ ਰਹਿ ਗਿਆ ਅਤੇ ਜਲਦ ਤੋਂ ਜਲਦ ਸਲੈਬ ਵੀ ਪਾਈ ਜਾਵੇਗੀ। ਬਾਰਿਸ਼ ਦਾ ਕਰਕੇ ਵੀ ਕੁਝ ਹੋਰ ਵੀ ਫਾਈਨੈਂਸ਼ੀਅਲ ਪ੍ਰੋਬਲਮ ਦਾ ਕਰਕੇ ਵੀ ਕੰਮ ਰੁਕਿਆ ਸੀਗਾ, ਔਰ ਇਹ ਲਗਭਗ ਕੰਮ ਸਾਰਾ ਤਿਆਰ ਹੋ ਚੁੱਕਾ। ਤੁਸੀਂ ਦੇਖ ਸਕਦੇ ਹੋ ਦੀਵਾਰਾਂ ਖੜ੍ਹੀਆਂ ਹੋ ਚੁੱਕੀਆਂ ਨੇ, ਸਾਰੀਆਂ ਬੀਮ ਪੈ ਚੁੱਕੇ ਨੇ। ਇਹ ਸਾਰਾ ਕੰਮ ਲਗਭਗ ਤਿਆਰ ਹੋ ਚੁੱਕਿਆ ਭਵਨ ਦਾ, ਔਰ ਤੁਹਾਡੇ ਸਹਿਯੋਗ ਦੇ ਨਾਲ ਆ ਜਿਹੜੇ ਦੁਆਵਾਂ ਕਰ ਰਹੇ ਨੇ ਮੇਰੇ ਭੈਣ ਭਰਾ, ਜਿਹੜੇ ਫਾਈਨੈਂਸ਼ੀਅਲ ਵੀ ਮਦਦ ਕਰ ਰਹੇ ਨੇ, ਖੁਦਾਵੰਦ ਉਹਨਾਂ ਨੂੰ ਬਲੈਸ ਕਰੇ, ਆਤਮਾ ਨਾਲ ਭਰਪੂਰ ਕਰੇ। ਤੁਸੀਂ ਦੇਖ ਰਹੇ ਹੋ ਸਾਰੀਆਂ ਦੀਵਾਰਾਂ ਖੜ੍ਹੀਆਂ ਹੋ ਚੁੱਕੀਆਂ ਨੇ, ਬੀਮ ਵੀ ਖੜ੍ਹੇ ਹੋ ਚੁੱਕੇ ਨੇ, ਔਰ ਸਿਰਫ ਸਲੈਬ ਦਾ ਕੰਮ ਰਹਿ ਗਿਆ ਹੈ। ਇਹ ਤੁਹਾਡੇ ਸਹਿਯੋਗ ਦੇ ਨਾਲ ਆ ਵੀ ਖੁਦਾਵੰਦ ਤੁਹਾਨੂੰ ਆਤਮਾ ਦੇ ਵਿੱਚ ਹੋਰ ਮਜ਼ਬੂਤ ਕਰੇ। ਬਸ ਤੁਸੀਂ ਇਸੇ ਤਰ੍ਹਾਂ ਦੁਆਵਾਂ ਦੇ ਵਿੱਚ, ਪ੍ਰਾਰਥਨਾਵਾਂ ਦੇ ਵਿੱਚ ਸਾਨੂੰ ਯਾਦ ਕਰੋ ਵੀ ਅਸੀਂ ਖੁਦਾਵੰਦ ਦੇ ਕੰਮ ਇਸੇ ਤਰ੍ਹਾਂ ਹੀ ਕਰਦੇ ਜਾਈਏ। ਔਰ ਜਿੰਨੇ ਵੀ ਲੋਕ ਕਲਾਮ ਨੂੰ ਸੁਣਦੇ ਨੇ, ਦੁਆ ਨੂੰ ਸੁਣਦੇ ਨੇ, ਅੱਜ ਬਲੈਸ ਆ, ਪਰਮੇਸ਼ੁਰ ਤੁਹਾਨੂੰ ਬਲੈਸ ਕਰੂਗਾ ਆਤਮਾ ਦੇ ਦੁਆਰਾ, ਕਲਾਮ ਦੇ ਦੁਆਰਾ। ਔਰ ਜੋ ਤੁਸੀਂ ਮੈਨੂੰ ਪਿਆਰ ਕਰਦੇ ਨੇ ਉਹਦੇ ਲਈ ਮੈਂ ਧੰਨਵਾਦ ਕਰਦਾ ਪ੍ਰਭੂ ਯਿਸੂ ਮਸੀਹ ਦਾ ਕਿ ਖੁਦਾਵੰਦ ਨੇ ਮੈਨੂੰ ਇਸ ਲਾਇਕ ਸਮਝਿਆ, ਔਰ ਤੁਹਾਡੇ ਦਿਲਾਂ ਦੇ ਵਿੱਚ ਵੀ ਜਗ੍ਹਾ ਦਿੱਤੀ ਖੁਦਾਵੰਦ ਨੇ ਵੀ ਤੁਸੀਂ ਇਸ ਨਿਕੰਮੇ ਬੰਦੇ ਨੂੰ ਪਿਆਰ ਕਰ ਸਕੋ। ਔਰ ਪ੍ਰਭੂ ਯਿਸੂ ਮਸੀਹ ਦਾ ਮੈਂ ਧੰਨਵਾਦ ਕਰਦਾ ਕਿ ਖੁਦਾਵੰਦ ਯਿਸੂ ਮਸੀਹ ਨੇ ਮੈਨੂੰ ਮੌਕਾ ਦਿੱਤਾ ਵੀ ਮੈਂ ਕਲਾਮ ਦੇ ਦੁਆਰਾ ਤੁਹਾਡੀ ਅਗਵਾਈ ਕਰ ਸਕਾਂ, ਤੁਹਾਨੂੰ ਚਲਾ ਸਕਾਂ। ਜਿੰਨੇ ਵੀ ਮੇਰੇ ਭੈਣ ਭਰਾ ਯੂਟਿਊਬ 'ਤੇ, ਫੇਸਬੁੱਕ 'ਤੇ, ਵਟਸਅਪ 'ਤੇ ਕਲਾਮ ਨੂੰ ਸੁਣਦੇ ਨੇ, ਮੈਨੂੰ ਫੋਲੋ ਨਹੀਂ ਕਰਨਾ, ਖੁਦਾਵੰਦ ਯਿਸੂ ਮਸੀਹ ਨੂੰ ਫੋਲੋ ਕਰਨਾ। ਕਿਉਂਕਿ ਮੈਨੂੰ ਫੋਲੋ ਕਰਕੇ ਕੁਛ ਨਹੀਂ ਮਿਲਣਾ, ਸਿਰਫ ਔਰ ਸਿਰਫ ਮੇਰੀ ਨੇਚਰ ਦੀ ਰੀਸ ਕਰ ਸਕਦੇ ਹਾਂ, ਜਿਸ ਤਰ੍ਹਾਂ ਸੰਤ ਪੈਲੂਸ ਕਹਿੰਦਾ, ਨੇਚਰ ਦੀ ਰੀਸ ਕਰੋ ਔਰ ਫੋਲੋ ਯਿਸੂ ਮਸੀਹ ਨੂੰ ਕਰਨਾ। ਜਿਸ ਤਰ੍ਹਾਂ ਦਾ ਖੁਦਾਵੰਦ ਯਿਸੂ ਮਸੀਹ ਦਾ ਕਰੈਕਟਰ ਸੀਗਾ, ਉੱਦਾਂ ਦਾ ਤੁਹਾਡਾ ਔਰ ਮੇਰਾ ਕਰੈਕਟਰ ਹੋਣਾ ਚਾਹੀਦਾ। ਅੱਜ ਲੋਕ ਕਰੈਕਟਰ 'ਤੇ ਘੱਟ, ਪਰਸਨੈਲਿਟੀ 'ਤੇ ਜ਼ਿਆਦਾ ਜ਼ੋਰ ਦਿੰਦੇ ਨੇ, ਅਤੇ ਮੈਂ ਚਾਹੁੰਦਾ ਤੁਸੀਂ ਕਰੈਕਟਰ 'ਤੇ ਜ਼ਿਆਦਾ ਜ਼ੋਰ ਦੇਵੋ, ਪਰਸਨੈਲਿਟੀ 'ਤੇ ਭਾਵਾਂ ਨਾ ਵੀ ਜ਼ੋਰ ਦੇਵੋ ਤਾਂ ਵੀ ਚੱਲੂੰਗਾ। ਹਾਲੇਲੂਇਆ। ਅਤੇ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਵਾਂ, ਅਤੇ ਮੇਰੇ ਨਾਲੋਂ ਜ਼ਿਆਦਾ ਤੁਹਾਨੂੰ ਯਿਸੂ ਮਸੀਹ ਪਿਆਰ ਕਰਦੇ, ਇਸ ਲਈ ਯਿਸੂ ਮਸੀਹ ਦੇ ਫੋਲੋਅਰ ਬਣੋ, ਖੁਦਾਵੰਦ ਯਿਸੂ ਮਸੀਹ ਨੂੰ ਫੋਲੋ ਕਰੋ, ਉਹਦੇ ਕਲਾਮ ਨੂੰ ਫੋਲੋ ਕਰੋ, ਉਹਦੇ ਕਾਨੂੰਨਾਂ ਨੂੰ ਫੋਲੋ ਕਰੋ, ਵੀ ਖੁਦਾਵੰਦ ਤੁਹਾਨੂੰ ਬਰਕਤ ਔਰ ਆਸ਼ੀਸ਼ ਦੇਵੇ ਔਰ ਤੁਹਾਨੂੰ ਆਤਮਾ ਦੇ ਵਿੱਚ ਹੋਰ ਵੀ ਜ਼ਿਆਦਾ ਮਜ਼ਬੂਤ ਕਰੇ ਔਰ ਤੁਹਾਡੀ ਆਤਮਕ ਉੱਨਤੀ ਹੋਵੇ। ਔਰ ਮੈਂ ਤੁਹਾਡੇ ਲਈ ਦੁਆ ਕਰੂੰਗਾ। ਸਰਵ ਸ਼ਕਤੀਮਾਨ ਪਰਮੇਸ਼ਵਰ, ਮੈਂ ਦੁਆ ਮੰਗਦਾ ਜਿੰਨੇ ਵੀ ਭੈਣ ਭਰਾ ਇਸ ਸਮੇਂ ਦੇਖ ਰਹੇ ਉਹਨਾਂ ਨੂੰ ਬਲੈਸ ਕਰ, ਹਰੇਕ ਉਹ ਭਾਈ, ਭੈਣ, ਬੱਚਾ, ਬਜ਼ੁਰਗ, ਦੋਸਤ, ਨੌਜਵਾਨ, ਖੁਦਾਵੰਦ ਯਿਸੂ ਮਸੀਹ ਜੀ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਬਲੈਸ ਹੋ ਜਾਵੇ। ਔਰ ਛੋਟਾ ਜਿਹਾ ਜੋ ਮੈਸੇਜ ਦਿੱਤਾ ਗਿਆ ਵੀ ਖੁਦਾਵੰਦ ਯਿਸੂ ਮਸੀਹ ਤੈਨੂੰ ਫੋਲੋ ਕਰਨ, ਜਿੱਦਾਂ ਦਾ ਤੁਹਾਡਾ ਸੁਭਾਅ ਸੀ ਉਹ ਸੁਭਾਅ ਬਣ ਜਾਵੇ, ਜਿੱਦਾਂ ਦਾ ਤੁਹਾਡਾ ਕਰੈਕਟਰ ਸੀਗਾ ਅੱਜ ਲੋਕਾਂ ਦਾ ਉੱਦਾਂ ਦਾ ਕਰੈਕਟਰ ਬਣ ਜਾਵੇ, ਖੁਦਾਵੰਦ ਯਿਸੂ ਮਸੀਹ ਜੀ। ਅੱਜ ਮੇਰੇ ਪਰਮੇਸ਼ੁਰ ਜੀ ਮੈਂ ਦੁਆ ਮੰਗਦਾ, ਜੋ ਵੀ ਮੇਰੇ ਭੈਣ ਭਰਾ ਖੁਦਾ ਜੀ ਮੇਰੀਆਂ ਦੁਆਵਾਂ ਨਾਲ ਸਹਿਯੋਗ ਦੇ ਰਹੇ ਨੇ, ਉਹਨਾਂ ਨੂੰ ਬਲੈਸ ਕਰ, ਜੋ ਫਾਈਨੈਂਸ਼ੀਅਲ ਹੈਲਪ ਕਰ ਰਹੇ ਨੇ ਉਹਨਾਂ ਨੂੰ ਵੀ ਬਲੈਸ ਕਰ, ਖੁਦਾਵੰਦ ਯਿਸੂ ਮਸੀਹ ਜੀ ਇਹਨਾਂ ਦੇ ਹੱਥਾਂ ਦੇ ਕੰਮਾਂ ਨੂੰ ਬਲੈਸ ਕਰ, ਇਹਨਾਂ ਆਤਮਿਕ ਜ਼ਿੰਦਗੀ ਨੂੰ ਬਲੈਸ ਕਰ, ਔਰ ਦਿਨ ਪ੍ਰਤੀ ਦਿਨ ਇਹਨਾਂ ਦੀ ਆਤਮਿਕ ਉੱਨਤੀ ਹੁੰਦੀ ਜਾਵੇ, ਆਤਮਿਕ ਲੈਵਲ ਵਧੇ ਪ੍ਰਭੂ ਯਿਸੂ ਮਸੀਹ ਜੀ। ਔਰ ਜਿਹੜੇ ਮੇਰੇ ਭਾਈ ਭੈਣ ਦੁਖੀ, ਬਿਮਾਰ ਨੇ, ਪਰੇਸ਼ਾਨ ਨੇ, ਸਮੇਂ ਅੱਜ ਇਸ ਸਮੇਂ ਮੈਂ ਕੋਸ਼ਨਾ ਕਰਦਾ ਖੁਦਾ ਫਰੀ ਹੋ ਜਾਣ ਯਿਸੂ ਤੇਰੀ ਆਤਮਾ ਦੇ ਦੁਆਰਾ, ਤੇਰਾ ਰੂਪਾਕ ਛੂਵੇ, ਤੇਰੇ ਕਲਾਮ ਦੇ ਦੁਆਰਾ ਚੱਲਣ ਔਰ ਤੇਰੇ ਫੋਲੋਅਰ ਬਣ ਜਾਣ ਮੇਰੇ ਪਰਮੇਸ਼ੁਰ ਜੀ। ਇਹ ਪ੍ਰਾਰਥਨਾ ਯਿਸੂ ਮਸੀਹ ਦੇ ਨਾਮ 'ਚ ਪਿਤਾ ਪਰਮੇਸ਼ੁਰ ਕੋਲੋਂ ਮੰਗਦੇ ਹਾਂ, ਆਮੇਨ। ਗੋਡ ਬਲੈਸ ਯੂ। ਪ੍ਰਭੂ ਤੁਹਾਨੂੰ ਬਰਕਤ ਦੇਵੇ ਔਰ ਆਸ਼ੀਸ਼ ਦੇਵੇ। ਜਿੰਨੇ ਵੀ ਮੇਰੇ ਭੈਣ ਭਰਾ ਪਾਕਿਸਤਾਨ ਤੋਂ, ਇੰਡੀਆ ਤੋਂ ਬਾਹਰੋਂ ਦੇਖ ਰਹੇ ਨੇ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਔਰ ਬਹੁਤ ਸਾਰਾ ਤੁਹਾਨੂੰ ਪਿਆਰ ਭੇਜਦਾ ਵਾਂ। ਖੁਦਾਵੰਦ ਤੁਹਾਨੂੰ ਇਸੇ ਤਰ੍ਹਾਂ ਬਰਕਤ ਦੇਵੇ, ਆਸ਼ੀਸ਼ ਦੇਵੇ। ਵੱਧਦੇ ਜਾਓ ਖੁਦਾ ਦੇ ਕਲਾਮ ਦੇ ਵਿੱਚ ਔਰ ਪ੍ਰਭੂ ਯਿਸੂ ਮਸੀਹ ਨੂੰ ਫੋਲੋ ਕਰਦੇ ਜਾਓ, ਆਪਣੇ ਕਰੈਕਟਰ ਖੁਦਾਵੰਦ ਯਿਸੂ ਮਸੀਹ ਵਰਗਾ ਕਰਦੇ ਜਾਓ। ਆਮੇਨ। ਗੋਡ ਬਲੈਸ ਯੂ।